ਜ਼ਿਮਨੀ ਚੋਣਾਂ ਲਈ ਨਗਾੜਾ ਵੱਜ ਚੁੱਕਾ ਹੈ। ਸਾਰੀਆਂ ਪਾਰਟੀਆਂ ਦੇ ਉਮੀਦਵਾਰ ਵੀ ਚੋਣ ਮੈਦਾਨ 'ਚ ਆ ਚੁੱਕੇ ਨੇ। ਦਾਖਾ ਜਿਸ ਨੂੰ ਕਿ ਹੌਟ ਸੀਟ ਵੀ ਮੰਨਿਆ ਜਾ ਰਿਹਾ। ਆਪ ਵਿਧਾਇਕ ਐਚ ਐਸ ਫੂਲਕਾ ਦੇ 2018 'ਚ ਅਸਤੀਫਾ ਦੇਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ, ਜਿਸ ਤੋਂ ਬਾਅਦ ਹੁਣ ਜ਼ਿਮਨੀ ਚੋਣਾਂ ਦਾ ਐਲਾਨ ਹੋਇਆ। ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ਼ ਪਾਰਟੀ ਨੇ ਚੋਣਾਂ ਲਈ ਪ੍ਰਚਾਰ ਅਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਅਤੇ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ 'ਚ ਨੇ। ਕੈਪਟਨ ਨੇ ਕੈਪਟਨ ਨੂੰ ਹੀ ਦਾਖਾ ਹਲਕੇ ਤੋਂ ਚੋਣ ਮੈਦਾਨ 'ਚ ਉਤਾਰਿਆ। ਦਾਖਾ ਨੂੰ 1967 'ਚ ਹਲਕਾ ਬਣਾਇਆ ਗਿਆ ਸੀ, ਜਿਸ ਤੋਂ ਬਾਅਦ ਹੁਣ ਤੱਕ 12 ਵਾਰ ਚੋਣ ਹੋ ਚੁੱਕੀ ਹੈ ਅਤੇ 13ਵੀਂ ਵਾਰ ਹੁਣ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ। ਆਮ ਆਦਮੀ ਪਾਰਟੀ ਦਾ 2017 ਲੋਕ ਸਭਾ ਚੋਣਾਂ ਵੇਲੇ ਕਾਫ਼ੀ ਆਧਾਰ ਸੀ, ਜਿਸ ਤੋਂ ਬਾਅਦ ਪਾਰਟੀ 'ਚ ਕਾਫ਼ੀ ਉਤਾਰ ਚੜ੍ਹਾਅ ਆਏ ਅਤੇ ਇਸ ਵਾਰ ਵੀ ਪਾਰਟੀ ਨੇ ਆਪਣੀ ਸ਼ਾਖ ਨੂੰ ਬਚਾਉਣ ਵਾਸਤੇ ਅਮਨਦੀਪ ਸਿੰਘ ਮੋਹੀ ਨੂੰ ਚੋਣ ਮੈਦਾਨ 'ਚ ਉਤਾਰਿਆ, ਜੋ ਕਿ ਇੱਕ ਸਾਧਾਰਨ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਅਤੇ ਜਿਨ੍ਹਾਂ ਦਾ ਕੋਈ ਵੀ ਰਾਜਨੀਤਿਕ ਪਿਛੋਕੜ ਨਹੀਂ ਹੈ। ਇਸ ਸੀਟ 'ਤੇ 12 'ਚੋਂ 8 ਵਾਰ ਅਕਾਲੀ ਦਲ ਦਾ ਉਮੀਦਵਾਰ ਜੇਤੂ ਰਿਹਾ, 3 ਵਾਰ ਕਾਂਗਰਸ ਅਤੇ 1 ਵਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਐਚ ਐਸ ਫੂਲਕਾ ਜੇਤੂ ਰਹੇ। ਇਸ ਸੀਟ ਤੋਂ 2002 ਤੋਂ 2007 ਤੱਕ ਮਲਕੀਤ ਸਿੰਘ ਦਾਖਾ ਕਾਂਗਰਸ ਦੇ ਵਿਧਾਇਕ ਰਹੇ, ਜਿਸ ਤੋਂ ਬਾਅਦ 2007 ਤੋਂ ਲੈ ਕੇ 2017 ਤੱਕ ਅਕਾਲੀ ਦਲ ਅਤੇ 2017 'ਚ ਆਪ ਦੇ ਫੂਲਕਾ ਵਿਧਾਇਕ ਬਣੇ। ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ 2 ਵਾਰ ਵਿਧਾਇਕ ਰਹੇ ਅਤੇ 2017 'ਚ ਇਆਲੀ ਨੇ ਫੂਲਕਾ ਤੋਂ ਭਾਰੀ ਵੋਟਾਂ ਨਾਲ ਮਾਤ ਖਾਧੀ। ਹੁਣ ਫੂਲਕਾ ਦੇ ਅਸਤੀਫੇ ਤੋਂ ਬਾਅਦ ਇਆਲੀ ਇੱਕ ਵਾਰ ਫਿਰ ਚੋਣ ਮੈਦਾਨ 'ਚ ਹੈ। ਜੇ ਗੱਲ ਕਰੀਏ ਹਲਕਾ ਦਾਖਾ ਦੇ ਲੋਕਾਂ ਦੀਆਂ ਮੁਸ਼ਕਲਾਂ ਦੀ, ਤਾਂ ਉਹ ਵੀ ਪੰਜਾਬ ਦੇ ਬਾਕੀ ਸ਼ਹਿਰਾਂ ਵਾਂਗ ਹੀ ਨੇ। ਇਸ ਹਲਕੇ 'ਚ 112 ਪਿੰਡ ਨੇ। ਮੁੱਖ ਤੌਰ 'ਤੇ ਨਸ਼ਾ ਅਤੇ ਨਸ਼ਾ ਤਸਕਰੀ ਇਸ ਇਲਾਕੇ ਦਾ ਸਭ ਤੋਂ ਵੱਡਾ ਮੁੱਦਾ ਹੈ। ਇਸ ਤੋਂ ਇਲਾਵਾ ਰੇਤ ਮਾਈਨਿੰਗ, ਕਿਸਾਨੀ ਮਸਲੇ, ਬੇਰੁਜ਼ਗਾਰੀ ਵੱਡੀ ਸਮੱਸਿਆ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।